ਪਿੰਡਾਂ ਵਿੱਚ ਜਿਹੜੀ ਕਹਿੰਦੇ ਨੇ ਕਿ ਝਾੜੂ ਦੀ ਹਵਾ ਚੱਲ ਰਹੀ ਹੈ ਉਹਨੂੰ ਕਿਸ ਤਰ੍ਹਾਂ ਰੋਕੋਗੇ? 85,000 ਵੋਟ ਹੈ, 65,000 ਪੋਲ ਹੋਣੀ ਹੈ, 35,000 ਕੱਲਾ ਮੈਂ ਲਊਂਗਾ। ਤੁਹਾਨੂੰ ਪਤਾ ਨਹੀਂ ਕਿਹੜੇ ਪਿੰਡਾਂ ਦੇ ਵਿੱਚ ਝਾੜੂ, ਕਿਹੜੇ ਪਿੰਡ ਦਾ ਨਾਂ ਲੈ ਕੇ ਦੱਸੋ ਮੈਨੂੰ ਕਿਹੜੇ ਪਿੰਡ 'ਚ ਝਾੜੂ। ਮੈਂ ਕਹਿ ਰਿਹਾ ਜੀ ਇੱਥੇ ਸਰਵੇ ਕਰਕੇ ਗਿਆ ਸ਼ਹਿਰ ਦੇ ਵਿੱਚ ਤੁਹਾਡੇ, ਉੱਥੇ ਲੋਕ ਕਹਿੰਦੇ ਕਹਿੰਦੇ ਪਿੰਡਾਂ 'ਚ, ਮੈਂ ਤੁਹਾਨੂੰ ਦਿਖਾ ਦਿੰਦਾ ਲਾਈਵ ਵੀ ਇੱਕ ਪਿੰਡ ਦੇ ਬੰਦੇ ਦਾ ਨਾਂ, ਕਿਸੇ ਦਾ ਪਿੰਡ ਦਾ ਨਾਂ ਤਾਂ ਦੱਸ ਦਿਓ, ਐਵੇਂ ਤੁਸੀਂ ਬਣਾਈ। ਕੁੱਤਾ ਖਿੜੀ ਵਾਲੇ ਕਹਿ ਰਹੇ ਨੇ, ਕੈਮਰਾਮੈਨ ਕੁੱਤਾ ਖਿੜੀ ਦਾ, ਮੇਰਾ ਮੇਰੇ ਮੇਰੇ ਹਲਕੇ 'ਚ ਹੀ ਹੈ ਨਹੀਂ, ਫਿਰ ਐਵੇਂ ਨਾ ਆਪਾਂ ਹਵਾ ਫਲਾਈ ਜਾਈਏ। ਸਾਡੇ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ, ਤੋਂ ਕਾਫੀ ਨਾਰਾਜ਼ ਲੱਗ ਰਹੇ ਹੋ, ਕੀ ਚੱਕਰ ਕੀ ਹੈ? ਮੈਂ ਆਪਣੇ ਵੱਲੋਂ ਥੋੜੀ ਕਹਿ ਰਿਹਾ, ਤੁਹਾਡਾ ਸਰਵੇ ਹੈ ਮੈਂ ਤੁਹਾਨੂੰ ਦਿਖਾ ਦਿੰਦਾ। ਨਹੀਂ 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 ਨਹੀਂ, ਮੇਰੇ ਸਰਵੇ 'ਚ ਇਹ ਵੀ ਸਭ ਤੋਂ ਵੱਧ ਇਕੱਲੇ ਰਾਜਪੁਰੇ ਦੇ ਵਿੱਚ ਮੈਂ ਹਲਕੇ 'ਚ ਗੱਲ ਦੇਖੀ, ਉਹ ਬਰਾਦਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਕਿ ਇਹ ਸਾਡਾ ਭੋਲਪੁਰੀ ਬਰਾਦਰੀ ਦਾ ਬੰਦਾ ਉਹਨੂੰ ਪਾਵਾਂਗੇ, ਉਹ ਕਹਿੰਦਾ ਕਿ ਸਾਡਾ ਕੰਬੋਜ ਬਰਾਦਰੀ ਦਾ ਬੰਦਾ ਅਸੀਂ ਉਹਨੂੰ ਪਾਵਾਂਗੇ। ਇਹ ਬਰਾਦਰੀਵਾਦ ਵੀ ਮੈਨੇ ਰਾਜਪੁਰੇ 'ਚ ਹੀ ਦੇਖਿਆ। ਮੈਂ ਪੈਣਾ ਨਹੀਂ ਚਾਹੁੰਦਾ, ਪਰ ਜੇ ਤੁਸੀਂ ਪੈ ਹੀ ਗਏ ਹੋ ਤਾਂ ਜਵਾਬ ਦੇ ਦਿੰਦਾ ਮੈਂ। 24 ਪਏ ਸਾਹਿਬ, ਅਸੀਂ ਨਹੀਂ ਪਏ ਸਰ, 16,000 ਵੋਟ ਆ ਕੰਬੋਜ, ਕਿਤੇ 16,000 ਉਹਨਾਂ ਨੂੰ ਇਹ ਸਵਾਲ ਸੁਝੂਗਾ, 16,000 ਵੋਟ ਆ ਕੰਬੋਜ ਬਰਾਦਰੀ ਦੀ, ਤੇ ਕੰਬੋਜ ਬਰਾਦਰੀ ਦੀ ਬਹੁਤਾਤ ਮੇਰੇ ਨਾਲ ਹੈ। ਜਿਨ੍ਹਾਂ ਨੇ ਕੰਬੋਜ ਬਰਾਦਰੀ ਨੂੰ ਠਿੱਟ ਕੀਤਾ ਜਾਂ ਇਗਨੋਰ ਕੀਤਾ, ਇਹਨਾਂ ਤਾਂ ਕਿਸੇ ਨੂੰ ਨਹੀਂ ਕੀਤਾ। ਜਿਹੜੇ ਹਰਦਿਆਲ ਦੀਆਂ ਗੱਡੀਆਂ 'ਚ ਝਈ ਫਿਰਦੇ ਨੇ, ਜੇ 5 ਬੰਦੇ ਉਹਦੇ ਨਾਲ ਚੜ੍ਹਦੇ ਆ ਤੇ ਉਹਦੇ 'ਚੋਂ ਵੀ ਵੋਟਾਂ ਮੈਨੂੰ ਪੈਣਗੀਆਂ, ਤੁਸੀਂ ਭੁਲੇਖੇ 'ਚੋਂ ਬਹੁਤ ਵੱਡੇ। ਕਿਸੇ ਭੁਲੇਖੇ 'ਚ ਨਹੀਂ, ਇਹ ਤਾਂ ਲੋਕਾਂ ਨੇ ਭੁਲੇਖੇ ਦੂਰ ਕਰਦੇ ਨੇ ਸਾਰਿਆਂ ਦੇ, ਨਾ ਕਹੂ ਸੇ ਦੋਸਤੀ ਨਾ ਕਹੂ ਸੇ ਵੈਰ, ਸਾਡਾ ਕੰਮ ਹੈ ਪੱਤਰਕਾਰੀ, ਉਹ ਕਰ ਰਹੇ ਸੀ। ਇਸਨੇ ਤੁਹਾਡੀ ਰਾਸ਼ੀ ਵਾਲੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਬਹੁਤ ਵੱਡੇ ਭੁਲੇਖੇ 'ਚ ਹੈ ਕਾਂਗਰਸ ਪਾਰਟੀ। ਮੈਂ ਸਮਝਦਾ ਕਿ ਇੱਕ ਕਰਪਟ ਸਿਰੇ ਦੇ ਭ੍ਰਿਸ਼ਟ ਜਿਹੜੇ ਮੁੱਖ ਮੰਤਰੀ ਨੂੰ ਐਲਾਨ ਕੇ ਗਾਂਧੀ ਪਰਿਵਾਰ ਨੇ ਇੱਕ ਤਰ੍ਹਾਂ ਦਾ ਐਲਾਨ ਕਰਤਾ ਕਿ ਲੁੱਟੋ ਕੁੱਟੋ, ਭਾਵੇਂ ਚੰਨੀ ਨੂੰ ਲਾ ਲੈਂਦੇ, ਭਾਵੇਂ ਠੋਕੋ ਤਾੜੀ ਨੂੰ ਲਾ ਲੈਂਦੇ, ਠੋਕੋ ਤਾੜੀ ਦਾ ਕੀ ਬਣੂਗਾ ਸੱਚੇ, ਇਹ ਵੀ ਪੁੱਛ ਕੇ ਦੱਸਿਓ। ਅਤੇ ਮੈਂ ਇੱਕ ਗੱਲ ਕਰਾਂ, ਕਿਸੇ ਨੂੰ ਐਲਾਨ ਦੇਣ, ਦੋ ਲਾਈਨਾਂ ਦਾ ਅੰਕੜਾ ਨਹੀਂ ਛੂ ਪਾਊ। ਕਾਂਗਰਸ ਪਾਰਟੀ ਇੰਨਾ ਬੁਰਾ ਹਾਲ ਹੈ। ਸਰਜੀਤ ਸਿੰਘ ਹੋਰਾਂ ਅਤੇ ਰਣਜੀਤ ਸਿੰਘ ਰਾਣਾ ਜੀ ਨੇ ਜਦੋਂ ਤੁਹਾਡਾ ਇੱਥੇ ਹਲਚਲ ਵਧੀ ਸੀ ਇਸ ਹਲਕੇ ਦੇ ਵਿੱਚ, ਤਾਂ ਉਹਨਾਂ ਨੇ ਪੋਸਟਰ ਲਵਾਏ ਸੀ ਕਿ ਉਮੀਦਵਾਰ ਅਕਾਲੀ ਦਲ ਨੂੰ ਲੋਕਲ ਚਾਹੀਦਾ, ਸੋ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚੱਲ? ਇਹ ਤੁਹਾਨੂੰ ਸ਼ੱਕ ਹੈ ਕੋਈ ਕਿਸੇ ਦਾ ਨਾਂ ਲੈ ਕੇ ਦੁਬਾਰੇ ਪੁੱਛ ਲਓ ਜੇ ਕੋਈ ਹੈ? ਸਭ ਤੋਂ ਪਹਿਲਾਂ ਤਾਂ ਸਿਆਸੀ ਗੁੰਡਾਗਰਦੀ ਜਿਹੜੀ ਕਾਂਗਰਸ ਪਾਰਟੀ ਦੀ ਇੱਥੇ, ਉਹ ਖਤਮ ਕਰਨੀ ਹੈ। ਜਿਹੜੀ ਹਰਦਿਆਲ ਨੇ ਜਿਸ ਕਿਸਮ ਦੇ ਪਰਚੇ ਝੂਠੇ ਦਰਜ ਕਰਾਏ ਆ, ਸਬਜ਼ੀ ਮੰਡੀ ਦੇ ਵਿੱਚ ਫੜੀ ਵਾਲਿਆਂ ਤੋਂ ਪੈਸੇ, ਲੇਬਰ ਵਾਲਿਆਂ ਤੋਂ ਪੈਸੇ, ਘਰ ਛੱਡਿਆ, ਇਹਨਾਂ ਨੇ ਤਾਂ ਭਗਵਾਨ ਦਾ ਘਰ ਨਹੀਂ ਛੱਡਿਆ, ਭਗਵਾਨ ਦੀ ਮੂਰਤੀ ਚੱਕ ਕੇ ਸਾਈਡ 'ਤੇ ਰੱਖਤੀ, ਅਤੇ ਜਿਹੜਾ ਸੀਗਾ ਉਹ 3/4 ਉਹਦਾ ਘਰ ਜਿਹੜਾ ਸੀ ਉਹ ਕਬਜ਼ਾ ਕਰ ਲਿਆ। ਇਹ ਲੁੱਟ ਖਸੁੱਟ ਦੇ ਭਾਗੀਦਾਰ ਜੱਗਾ ਵੀ ਸੀਗਾ, ਔਰ ਇਹ ਜਿਹੜਾ ਸੀਗਾ ਹਰਦਿਆਲ ਵੀ ਹੈਗਾ। ਜਿੰਨੇ ਪਰਚੇ ਹੋਏ ਆ, ਜਿੰਨੀਆਂ ਇੱਥੇ ਜਾਇਦਾਦਾਂ ਦੱਬੀਆਂ ਗਈਆਂ, ਜਿੰਨੇ ਕੁੱਤੇ ਕੰਮ ਇੱਥੇ ਹਰਦਿਆਲ ਨੇ ਕੀਤੇ ਆ, ਉਹਨੇ ਵੇਲੇ ਨੀਨਾ ਹਾਜ਼ਰੀ ਸੀ। ਸੱਟੇ ਦੇ ਵਿੱਚ ਹਰਦਿਆਲ ਤਾਂ ਹੁਣ ਬਦਨਾਮ ਹੋਇਆ, ਜਾਲੀ ਸ਼ਰਾਬ ਦੀਆਂ ਫੈਕਟਰੀਆਂ 'ਚ ਇਹ ਤਾਂ ਹੁਣ ਬਦਨਾਮ ਹੋਇਆ, ਜੱਗਾ ਤਾਂ ਤੂੰ ਪਹਿਲਾਂ ਹੀ ਹੈਗਾ। ਸਿਆਸਤ ਦੇ ਵਿੱਚ ਐਸਾ ਕਿਉਂ ਹੋ ਜਾਂਦਾ ਕਿ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਾਰਟੀਆਂ ਬਦਲੀਆਂ ਨੇ, ਜਾਂ ਤੁਹਾਡਾ ਵੀ ਭਾਈਵਾਲ ਸੀ ਬੀਜੇਪੀ ਉਹਦੇ ਨਾਲ ਟੁੱਟ ਕੇ BSP ਦੇ ਨਾਲ ਗੱਠਜੋੜ ਹੋ ਗਿਆ, ਇਹ ਕਿਉਂ ਸੰਭਵ ਹੈ ਕਿ ਕੁਝ ਵੀ ਹੋ ਸਕਦਾ ਰਾਜਨੀਤੀ ਦੇ ਵਿੱਚ? ਇੰਦਰਾ ਗਾਂਧੀ ਨੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਕੇ ਢਾਹ ਢੇਰੀ ਕੀਤਾ। ਗਿਆਨੀ ਜੈਲ ਸਿੰਘ ਉਸ ਵੇਲੇ ਦਾ ਸਿੱਖ ਰਾਸ਼ਟਰਪਤੀ ਸੀ, ਕੀ ਉਹਨੇ ਅਸਤੀਫਾ ਦਿੱਤਾ? ਅੱਜ ਉਹਦਾ ਪੋਤਾ ਕੋਟਕਪੂਰੇ ਤੋਂ ਆਮ ਆਦਮੀ ਪਾਰਟੀ ਦਾ MLA ਆ, ਜਿਹੜੀ ਬਾਹਲੀ ਦੁੱਧ ਧੋਤੀ ਪਾਰਟੀ ਬਣਦੀ ਹੈ। ਬੂਟਾ ਸਿੰਘ ਗ੍ਰਹਿ ਮੰਤਰੀ ਸੀ, ਸਿੱਖ ਸੀ, ਔਰ ਅਕਾਲ ਤਖ਼ਤ ਸਾਹਿਬ 'ਤੇ ਢਾਹ ਢੇਰੀ ਹੋਣ ਤੋਂ ਬਾਅਦ ਕੀ ਉਹਨੇ ਅਸਤੀਫਾ ਦਿੱਤਾ? ਜੇ ਕਿਸਾਨਾਂ 'ਤੇ ਗੱਲ ਆਈ, ਅਸੀਂ ਤਾਂ 1 ਮਿੰਟ ਲਾਇਆ ਅਸਤੀਫਾ ਦੇਣ ਤੋਂ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਚੋਣਾਂ ਦਾ ਮਾਹੌਲ ਹੈ ਅਤੇ ਵੱਖ ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਉਮੀਦਵਾਰਾਂ ਦੇ ਤੁਹਾਨੂੰ ਰੂਬਰੂ ਕਰ ਰਹੇ ਹਾਂ। ਅੱਜ ਪਹੁੰਚੇ ਹਾਂ ਹਲਕਾ ਰਾਜਪੁਰਾ ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ BSP ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਬਹੁਤ ਧੰਨਵਾਦ। ਸੋ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ, ਕਿਉਂਕਿ ਅਕਾਲੀ ਦਲ ਆਪਣੀਆਂ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਅਕਾਲੀ ਦਲ ਦੀ ਪਛਾਣ ਹੈ, ਉਹਦੇ ਨਾਲ ਹੀ ਜਿਹੜਾ ਸੱਤਾ ਪਲਟ ਹੁੰਦੀ ਰਹੀ ਹੈ ਅੱਜ ਤੱਕ, ਪਰ ਹੁਣ ਚੋਣ ਕਮਿਸ਼ਨ ਦਾ ਤੁਹਾਨੂੰ ਪਿੱਛੇ ਜੇ ਨੋਟਿਸ ਵੀ ਆਇਆ, ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿੰਨਾ ਕੁ ਉਸ ਚੀਜ਼ ਦਾ ਨੁਕਸਾਨ ਜਾਂ ਫਾਇਦਾ ਹੋ ਰਿਹਾ? ਦੇਖੋ, ਇੱਕ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਆਪਣਾ ਕੰਮ ਕਰਨਾ, ਅਸੀਂ ਉਹਨਾਂ ਦੀ ਗਾਈਡਲਾਈਨ ਦੇ ਥੱਲੇ ਇਲੈਕਸ਼ਨ ਲੜ ਰਹੇ ਹਾਂ, ਔਰ ਮੈਂ ਦਾਅਵੇ ਨਾਲ ਕਹਿਣਾ ਕਿ ਅਸੀਂ ਗਾਈਡਲਾਈਨਾਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਕੰਪੇਨ ਜਿਹੜੀ ਹੈ ਪੂਰੀ ਮੁਕਾਈ ਹੋਈ ਹੈ, ਔਰ ਹੁਣ ਤਾਂ ਕਾਫੀ ਰਿਸਟ੍ਰਿਕਸ਼ਨ ਹਟ ਗਈਆਂ, ਲਗਭਗ ਸਾਰੇ ਹੀ ਆਪਦਾ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੇ। ਠੀਕ ਚੱਲ ਰਹੀ ਹੈ ਕੰਪੇਨ? ਬਹੁਤ ਵਧੀਆ, ਰੱਬ ਦੀ ਮਿਹਰ ਹੈ, ਪਰਮਾਤਮਾ ਤੋਂ ਡਰ ਕੇ ਕਹਿੰਦੇ ਹਾਂ ਕਿ ਹਲਕਾ ਭਾਵੇਂ ਪਹਿਲੀ ਵਾਰੀ 35 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ, ਔਰ ਬੜੀ ਵਧੀਆ ਲੀਡ ਨਾਲ ਇਹ ਹਲਕਾ ਅਸੀਂ ਜਿੱਤਾਂਗੇ। ਸਰਜੀਤ ਸਿੰਘ ਹੋਰਾਂ ਅਤੇ ਰਣਜੀਤ ਸਿੰਘ ਰਾਣਾ ਜੀ ਨੇ ਜਦੋਂ ਤੁਹਾਡਾ ਇੱਥੇ ਹਲਚਲ ਵਧੀ ਸੀ ਇਸ ਹਲਕੇ ਦੇ ਵਿੱਚ, ਤਾਂ ਉਹਨਾਂ ਨੇ ਪੋਸਟਰ ਲਵਾਏ ਸੀ ਕਿ ਉਮੀਦਵਾਰ ਅਕਾਲੀ ਦਲ ਨੂੰ ਲੋਕਲ ਚਾਹੀਦਾ, ਸੋ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚੱਲ ਰਿਹਾ?
मेरा ख्याल है तुसी बड़ी पुरानी गल करते हो कि जां तां बड़ी देर बाद आए हो राजपुरे च जां बड़ी देर बाद वो तो पिछले चार महीने दे नाल काम कर रहे हैं और अज हल्के का एक भी बंदा ऐसा नहीं जिहड़ा नाल ना चलिया होए और मैं समझदा कि हजारां की तादाद दे विच जिहड़ी कांग्रेस तो सारे नूं मना चुके हो ये थोनू शक है कोई किसी का ना लैके दोबारे पूछ लो जो कोई है परसों स्टेज तुसी थोड़े कैमरिया ने कलमबद्ध की है उत्थे मतलब कि उन्हें देखने नाल हले स्वाद नहीं बने होर मेरा ये सवाल है कि मेरी बेनती है एक समा लंघ जाता है वो लंघन तो बाद अज के समय की तुसी गल करो तो ज़्यादा बेहतर लगेगी ये जान जान के एक गल नूं करेदना हर बंदे का मंगना फर्ज हुंदा है जो पार्टी ने फैसला कर लिया वो दोनों पहले दिन के नाल चले हुए जिस दिन का मेरा फैसला पार्टी ने अनाउंस करता से। चलो ठीक है की मानते हो कि जे मैं राजपुरे हल्के के विकास के कामों की गल करा तो की किड़े वो कम ने जिहड़े तुहानू लगता है कि अधूरे रहे ने ते तुसी जनता को ले जाके कह रहे हो कि आ कम नहीं होए मैं कराऊंगा। सब तो पहला तो सियासी गुंडागर्दी जिहड़ी कांग्रेस पार्टी की इत्थे वो खत्म करनी है जिहड़ी हरदयाल ने जिस किस्म के परचे झूठे दर्ज कराए है और जिस किस्म का हरदयाल ने इत्थे सियासी एक दबश पाई हुई है ये सदा सदा लई खत्म कर देनी है। मैं एक गल दूसरी जिहड़ी एक कहिंदा डिवेलपमेंट कराई है डिवेलपमेंट की मूँह बोल दी तस्वीर तुसीं भी आपदे परिवार च बैठ के दिवाली वाले दिन पटाके चलाए होणगे ते इत्थे साडे कई बस्तियां दे छे बच्चे जिहड़े है वह सीवरेज का मिक्स पानी पीन दे नाल वह डायरिया फैल के छे मौतां हो गईयां सी सैकड़े जिहड़े है हस्पताल दाखिल पए सी। इस करके मैं कह सकदा कि ये मूँह बोल दी तस्वीर है उहदे डिवेलपमेंट की और वैसे भी जो कहूँ मैं थोड़ा कई वीडियो कढ़ दिना थोड़ा जा आ साड़ी बनाई हुई सड़क है जिहड़ी फोर लेन है पुल भी साडा बनाया होया और इदों जे खब्बे नूं हो जाओ 100-200 गज किसी सड़क ते ते 100-200 गज सज्जे नूं हो जाओ ते थोनू आपे शहर की स्थिति पता लग जाए कि असलीयत की है। जिहड़ा फुहारा चौंक नूं खड़ के जिथे सिंगापुर बनाया दसदे आ फुहारे चौंक की दो थां तो पेमेंट हुई है एक हिंदुस्तान लीवर ने की है और लोगों दी जेबां चों हुई है उहदी भी पड़ताल होनी है और जिहड़ा फुहारा चौंक के नाल चिल्ड्रन पार्क कहिंदा मैं बनाता वो चाह नूं थोड़ी बनाया 21,000 रुपए दे विच वो 2 एकड़ जगह आपदे चहेते नूं ठेके ते दित्ती सी 37 सालों लई कि पता नहीं किन्ने सालों लई तां जदों वो ठेके ते दित्ती सी ते अंदाजा लाओ कि पिंडां च भी जमीन का रेट ठेके का 50-60-70 हज़ार है तो ये एक सज्जन साडा लोकल उहने केस पाया और मैं जदों आया तो मेरे ध्यान च आया तो मैं थोड़े चैनल राही तो सारे रही जदों उन्होंने इस गल का डर पाया कि परचा हो सकता है तो फिर वापस सरेंडर कराती नाले 27-28 लाख रुपया लाया है उन्होंने और 27-28 लाख रुपया उत्ते खर्चन तो बाद भी सरेंडर कराती पर यह जिहड़ा कीता जुर्म है वह थोड़ी टल जाता क्राइम एक करी हो गया तो हो गया। इस करके ये भी उहदे मूँह बोल दी तस्वीर है इत्थे एक बच्चियां लई ते खिडारियां लई खेडन लई एक स्टेडियम सी प्यो दे पुत्तां ने वह भी ठेके ते देता ते उहदी हर बच्चे की एंट्री लगती सी कि किन्ने दिन तुसीं खेडना ते किन्ने पैसे लगदे आ ये तो कुदरती गल है जदों मैं आ गया फिर वह भी गया रेहड़ी वाले तो पैसे सब्जी मंडी दे विच फड़ी वालों तो पैसे लेबर वालों तो पैसे कोई घर छड्डिया इन्होंने तो भगवान का घर नहीं छड्डिया एक इत्थे गोपी जी हैगे आ भजन मंडली दे वो एक मंदिर दे विच सीगे ते मंदिर उहदे ते परचा कराता उहदे परिवार ते परचा दर्ज कराता भगवान की मूर्ति चक के साइड ते रखती ते जिहड़ा सीगा उह 3/4 उहदा घर जिहड़ा सी उह कब्जा कर लिया ग्रीन बैल्ट सी सिंह सभा रोड दे उत्ते दोनों प्यो पुत जिहड़ा सका है वह नहीं जिहड़ा जग्गा है जिहड़ा अज बीजेपी तो भी लड़ रहा है ये दोनों हरदयाल ते सके प्यो पुत्तां दा इकट्ठा ही हिस्सा सी कि किन्ने पैसे बचाए है सने ग्रीन बैल्ट दबी है इहदा भी हिसाब होगा हल्ती बाद च। इस करके जिहड़ियां थां थां थोड़ियां बहुतियां टाइलां लाई जांदा है 4 तों लैके 7 रुपए तक उहदे च घपले होई जांदे प्यो पुत्तां दा उह कुदरती गल है आजाद खड़े हो गया तो उस वेले बहावलपुर समाज नूं 1 मिंट दे विच छड्ड गया तो फिर बहावलपुर समाज नाल जो हरदयाल ने की है ये समाज ही जानता ना अज बहावलपुर समाज का नारा दे के तो फिर वोटां बटोरनियां चाहुंदा पहला जिहड़ा सीगा वो सरकार दे विच सत्ता च रह के लोगों नूं तंग करदे रहे फिर कांग्रेस नाल रल के तंग करदे रहे अज हुण पहला कैप्टन नाल चला गया फिर बीजेपी बनी चला गया ये की हो ही की जाता है। इस करके मैं समझदा कि उदों भी ये लुट खसुट के भागीदार जग्गा भी सीगा और ये जिहड़ा सीगा हरदयाल भी हैगा और इन्हां चीज़ों का वक्त हुण ते सारे लोग परखणगे।
सियासत दे विच ऐसा क्यों हो जांदा कि जिहड़ा जिस तरह तुसीं गल कीती है कि पार्टियां बदलियां ने या तुहाडा वी भाईवाल सी बीजेपी उहदे नाल टुट के बीएसपी दे नाल गठजोड़ हो गया, इह क्यों संभव है कि कुछ भी हो सकदा है राजनीति दे विच? दो किस्म दी राजनीति है, इक तां लालच दी राजनीति है। जे लालच दी राजनीति है तां उह जग्गे वर्गे खेड सकदे आ। जे मुद्दियां दी राजनीति है तां पार्टियां जिहड़ी हैगियां पार्टियां दे विचों गठजोड़ टुटदे आए तां बणदे आए। जे पंजाब दे किसान ते बनी सी ते तुहाडा की ख्याल है, असीं एक मंत्री दे करके ते असीं उन्हां दे साथ बैठे रहिंदे? इह कदे भी नहीं हो सकता। कल नूं भी कोई पंगा पऊगा किसी भी पार्टी नाल होईए, किते भी खड़े होईए, जे पंजाब दे किसी गल तों आंच आऊगी तां असीं कोई किसी समां समां किसान नाराज़ रहे ने। चलो आने वाला समां दसूगा कि मना पाए हो या नहीं। की लगता है कि वह तुहानूं हमेशा अकाली दल नूं किसान घेरदे आए ने? नहीं, ये थोड़े कैमरा मैन लगता यह वेखदा होना है। साडे हिसाब नाल किसान जिहड़े है, देखो जिन्ना चिर राजनीतिक सारिया पार्टियां दा उन्होंने विरोध किया करते रहे हैं। और चलो सानू कोई उन्होंने गिला भी नहीं सीगा, जे कोई गल उठाउंदे सी ते असीं सब तो पहला सैक्रीफाई किने किया। मैं थोनू सवाल पुछदा, थोड़े चैनल ते साडे प्रधान साहब ने जवाब दिता है कि इंदिरा गांधी ने अकाल तख्त साहब ते हमला करके ढा ढेरी किया। ज्ञानी जैल सिंह उस वेले दा सिख राष्ट्रपति सी, की उन्हें इस्तीफा दिता? अज उहदा पोता कोटकपुरे तो आम आदमी पार्टी का एम एल ए जिहड़ी बाली दुध धोती पार्टी बनती है। दूजा बूटा सिंह गृह मंत्री सी, सिख सी, और अकाल तख्त साहब ते ढा ढेरी होने तो बाद की उन्हें इस्तीफा दिता? साढ़े सिर्फ किसानों ते गल आई, धार्मिकता वाली गल बहुत वड्डी हो जाती है। जे किसानों ते गल आई, असीं ते एक मिनट लाया इस्तीफा देने तो, ना असी इस्तीफा देने तो झिझके, ना असी साथ छड़न तो झिझके। इस करके ये पार्टियां दे असूल होंदे आ। तां मैं कहा कि पार्टियां असूलों के आधार पर गठजोड़ बनते भी आए और टुटते भी आए, ये करके है। पर जग्गे अर्गे जिहड़े ये मच्छी है, मच्छी जग्गा, मैं तुहानूं एक होर दस दिंदा, जदों चार दिन नूं साडी सरकार बन गई फिर ये फिर मगर भजूगा, मैं तुहानूं अज ही दस दिंदा ये गल। इस करके इन्हां लोकां दा कोई किरदार थोड़ा ना। जल मीडिया नोट, जाली नोट बनाउंदे ये फड़े सट्टे दे विच हरदयाल तो हुण बदनाम होया, जाली शराब दीआं फैक्ट्रियां च ये तो हुण बदनाम होया, जग्गा तो तू पहला ही हैगा। और मैं एक सवाल पूछना चाहुंदा है बीजेपी वालों भी, टिकट तुसीं की वेख के दित्ती है, किहड़ी मैरिट देखी है कि जिहड़ा मान लो पंचकुले दे होटल दे विच जिहड़ा समाज सेवा दा कैंप लाया सी, जिहड़ा पुलिस ने परचा दर्ज किया सी, माड़ा जिहा वह भी लोगों नूं दस दिओ वी किहड़ी समाज सेवा करदा सी? बीजेपी इत्थों लड़दी आई है, वह वोट बैंक का कितने ना कितने नुकसान तो नहीं होगा? दूजा लोकल कैंडीडेट ने समाज सेवी दस देने जगह अपने आप नूं। जिहड़ी असल बीजेपी है, मैं परमात्मा तो डर के कहना वो सारी वोट मैनू पाऊगी, क्योंकि इहजा मैं कहूँगा बंदा जिहड़ा सारी उम्र नूं बीजेपी नूं गालां कढ़दा आया, लड़दा आया, अज अज इस दुनिया च है नहीं खुराणा साहब। खुराणा साहब नूं हराउण वाले च सब तो पहला यह सीगा, उदों भी तो साडी भाईवाली सी बीजेपी। ये हरदयाल दा सका पुत बन के दो वारी इहने हराया, पहला राज खुराणा जी नूं हराया और हुण फिर पिछले बारी इलैक्शन हरदयाल दे कहे तो खड़ा होया और बीजेपी ते अकाली दल दीआं वोटां वंड के इंडिपेंडेंट खड़ा होकर हरदयाल नूं फायदा दिता। तो मैनूं तां हुण भी शक है, अज भी मिली भुगत दी खेड है ये दूजियां दीआं वोटां खराब करन दे लई ये जिहड़ा हैगा प्लांट कीता होया हरदयाल दा। बीजेपी दी वोट दा कोई फर्क नहीं, बीजेपी असल बीजेपी वोट मैनू पाऊगी, बीजेपी नाल इहदा की लैणा देणा? साडा तो इत्थे काडर पहलां इकट्ठा रहा, इहदे नाल तां लैणा देणा कोई नहीं, तां हमेशा बीजेपी नाल लड़दा रहा। इस करके मैनू नहीं लगता। हाँ, कैप्टन साहब ने पार्टी का चिन्ह जरूर लिया खो के, क्योंकि पता नहीं एड्डी वड्डी पार्टी बीजेपी, मैं तो हैरान है कि कैप्टन साहब के भी दबा थले चली जाती है। और इस करके बीजेपी की वोट साबका प्रधान परसों चौथे वो टुट गया, बीजेपी नालों ही टुट गया इस गलते। इस करके होर बहुत सारे बंदे ने जिहड़े टुटे हुए ने, मेरे बड़े संपर्क च हैगे है, कई नाल जुड़ के वोट पा देणगे, कई वैसे पा देणगे। कांग्रेस ने तुहाडी राशी वाले चरणजीत सिंह चन्नी होरां नूं मुख्यमंत्री दा चेहरा ऐलानिया है कि सियासी मारे मन रहे ने, उन्हां दा ये कहना है कि जिहड़ी एससी वोट है, एससी भाईचारे की वोट है, दलित वोट है, उहदा किते ना किते कांग्रेस नूं फायदा होगा। तुहाडे हल्के दे विच उस वोट नूं किस तरह विश्वास दिवाओगे कि तुसीं उहनां लई बेहतर हो? दलित कौन हुंदा है? गरीब, चन्नी गरीब है, मेरे को थोड़े को उन्नी ज्यादा, तो जे मैं देना वाधू है, लोड़ ही नहीं एदू वाधा अपन, तो क्योंकि है लोड़? 14-14 करोड़ की वह बंदा आपदी आपदे कागजा च सारा कुछ दिखाता है। और उदू बाद 111 दिनों के लगभग 100 करोड़ के लैन देन का चिट्ठे फड़े गए तो नाले नोट फड़े गए, हले तुसी उन्हूं गरीब कहने हो? दलित का घर तो मैं वेख्या कि वो भाणजे का भी घर चोई जाता है, मीह पैंदा रहा 15 दिन तो हर दलित का घर चो रहा, दलित कितों आ गया जिहड़ा 6-8 कनालों दीआं कोठियां च रहिंदा है? इस करके ये बहुत वड्डे भुलेखे च है कांग्रेस पार्टी। मैं समझदा कि एक करप्ट
सिरे दे भ्रष्ट जिहड़े मुख्यमंत्री नूं ऐलान के गांधी परिवार ने एक तरह का ऐलान करता कि लुट्टो कुट्टो तो असी उस राजनीति ते चलना। इस करके तो सामने दिस रही है, पर यह मैं एक थोनू दस दिना, भावें चनी नूं ऐलान लैंदे भावें ठोको ताड़ी नूं ऐलान लैंदे, ठोको ताड़ी का की बनूगा सच, ये भी पुछ के दस्यो। तो मैं एक गल करा, किसी नूं ऐलान देण दो लाइनां का अंकड़ा नहीं छू पाऊ। कांग्रेस पार्टी इन्ना बुरा हाल है, डेरा मुखी नूं परोल ते बाहर आए ने, उस चीज़ का की मानते हो कि कितना फर्क पऊगा वोटां? मैं एक गल कह सकदा है कि बीजेपी बड़े जड़े हैगे है मौके पर वोटा लैनिया चाहती है मेरे हिसाब नाल, पर बीजेपी जिहड़ी मूंह दी खाणी पैनी है ना, इस करके उन्होंने पता बाद लगेगा भी असी किहड़ा गुल खिला बैठे तो की असी कर बैठे हैं। इस करके कोई वोटा वाटा का किसी को फायदा नहीं हुंदा गा। और वैसे भी जिस किस्म के हालातों के जिहड़ा की है डेरा लंघिया, उस करके हर इंसान कितना ना कितने पहले जुड़िया होया और जुड़ के रहा होया, कोई मैनू नहीं लगता कोई असर पा पाएंगे। पिंडा विच जिहड़ी कहिंदे ने कि झाड़ू की हवा चल रही है, उन्होंने किस तरह रोकोगे? पिंडा दे विच मैं एक बेनती कर दिया कि साढ़े 85,000 वोट है, 65,000 पोल होनी है, 35,000 कला मैं लूंगा। ਤੁਹਾਨੂੰ ਪਤਾ ਨਹੀਂ ਕਿਹੜੇ ਪਿੰਡਾਂ ਦੇ ਵਿੱਚ ਝਾੜੂ, ਕਿਹੜੇ ਪਿੰਡ ਦਾ ਨਾਮ ਲੈ ਕੇ ਦੱਸੋ ਮੈਨੂੰ ਕਿਹੜੇ ਪਿੰਡ 'ਚ ਝਾੜੂ? ਇੱਥੇ ਸਰਵੇ ਕਰਕੇ ਗਿਆ ਉੱਥੇ, ਮੈਂ ਕਹਿ ਰਿਹਾ ਜੀ ਇੱਥੇ ਸਰਵੇ ਕਰਕੇ ਗਿਆ ਸ਼ਹਿਰ ਦੇ ਵਿੱਚ ਤੁਹਾਡੇ, ਉੱਥੇ ਲੋਕ ਕਹਿੰਦੇ ਪਿੰਡਾਂ 'ਚ, ਮੈਂ ਤੁਹਾਨੂੰ ਦਿਖਾ ਦਿੰਦਾ ਲਾਈਵ। ਮੈਂ ਜਨਾਬ ਤੁਹਾਨੂੰ ਇਹ ਪੁੱਛਦਾ ਵੀ ਇੱਕ ਪਿੰਡ ਦੇ ਬੰਦੇ ਦਾ ਨਾਂ, ਕਿਸੇ ਦਾ ਪਿੰਡ ਦਾ ਨਾਂ ਤਾਂ ਦੱਸ ਦਿਓ, ਐਵੇਂ ਤੁਸੀਂ ਬਣਾਈ। ਕੁੱਤਾ ਖੇੜੀ ਵਾਲੇ ਕਹਿ ਰਹੇ ਨੇ, ਕੈਮਰਾਮੈਨ ਕੁੱਤਾ ਖੇੜੀ ਦਾ, ਮੇਰੇ ਹਲਕੇ 'ਚ ਹੀ ਹੈ ਨਹੀਂ, ਫਿਰ ਐਵੇਂ ਨਾ ਨਾ ਆਪਾਂ ਹਵਾ ਫਲਾਈ ਜਾਈਏ। ਮੇਰੇ ਹਲਕੇ ਦੇ ਵਿੱਚ ਮੈਂ ਫਿਰ ਤੁਹਾਨੂੰ ਦਾਅਵੇ ਨਾਲ ਕਹਿਣਾ, ਰੱਬ ਤੋਂ ਡਰ ਕੇ ਕਹਿਣਾ, ਸਾਡੇ ਸ਼੍ਰੋਮਣੀ ਅਕਾਲੀ ਦਲ ਬਹੁਤ ਜੀ, ਇਹ ਤਾਂ ਕਾਫੀ ਨਾਰਾਜ਼ ਲੱਗ ਰਹੇ ਹੋ ਕਿ ਚੱਕਰ ਕੀ ਹੈ, ਮੈਂ ਆਪਣੇ ਵੱਲੋਂ ਥੋੜੀ ਕਹਿ ਰਿਹਾ ਤੁਹਾਡਾ ਸਰਵੇ ਹੈ, ਮੈਂ ਤੁਹਾਨੂੰ ਦਿਖਾ ਦਿੰਦਾ। ਨਹੀਂ 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 ਮੇਰੀ ਬੇਨਤੀ ਹੈ ਨਾ, ਫਿਰ ਮੈਂ ਤੁਹਾਨੂੰ ਪੁੱਛਿਆ, ਚੱਲ ਨਾਲੇ ਤਾਂ ਮੈਨੂੰ ਇਹ ਨੌਲੇਜ ਹੋ ਜਾਵੇ ਮੇਰਾ ਕਿਹੜਾ ਪਿੰਡ ਕਮਜ਼ੋਰ ਹੈ ਮੈਂ ਠੀਕ ਕਰ ਲਾਂ। ਆਹ ਜਿਹੜੇ 18-18 ਘੰਟੇ ਪਿੰਡਾਂ 'ਚ ਫਿਰਦੇ ਆ, ਸਾਨੂੰ ਸਾਰਾ ਪਤਾ ਕਿਹੜੇ ਪਿੰਡ 'ਚ ਕੀ ਹੈਗਾ। ਮੈਂ ਤੁਹਾਨੂੰ ਫਿਰ ਦੁਹਰਾ ਦਿੰਦਾ, 65,000 ਵੋਟ ਪੋਲ ਹੋਣੀ ਔਰ 35,000 ਕੱਲਾ ਮੈਂ ਲਿਜਾਊਂਗਾ, ਬਾਕੀ ਦੇ ਕੈਂਡੀਡੇਟਾਂ ਕੋਲ 30,000 ਵੋਟ ਆ ਸਾਰੇ ਪਿੰਡਾਂ ਦੇ ਵਿੱਚ, ਜਿੱਥੇ ਮਰਜ਼ੀ ਭੱਜ ਲੈਣ। ਔਰ ਨੀਨਾ ਮਿੱਤਲ ਨੂੰ ਵੋਟ ਤਾਂ 4500 ਪਈ ਆ MP ਵੇਲੇ, ਅਗਲਿਆਂ ਨੇ ਗਾਲਣੀਆਂ ਵੋਟ ਪਾ ਕੇ ਉਹਨੂੰ। ਇੱਕ ਗੱਲ, ਜਿੰਨੇ ਪਰਚੇ ਹੋਏ ਆ, ਜਿੰਨੀਆਂ ਇੱਥੇ ਜਾਇਦਾਦਾਂ ਦੱਬੀਆਂ ਗਈਆਂ, ਜਿੰਨੇ ਕੁੱਤੇ ਕੰਮ ਇੱਥੇ ਹਰਦਿਆਲ ਨੇ ਕੀਤੇ ਆ, ਉਹਨੇ ਵੇਲੇ ਨੀਨਾ ਹਾਜ਼ਰ ਹੀ ਸੀ, ਕਿਹਨੂੰ ਬਚਾਇਆ? ਮੈਂ ਜਦੋਂ ਦਾ ਆਇਆ 6 ਮਹੀਨੇ ਹੋ ਗਏ, ਜੇ ਇੱਕ ਗਲਤ ਪਰਚਾ ਦਰਜ ਹੋਣ ਦਿੱਤਾ ਤਾਂ ਤੁਸੀਂ ਪੜਤਾਲ ਕਰਕੇ ਦੇਖ ਲਓ। ਇਸ ਕਰਕੇ ਇੱਥੇ ਇਹਨੂੰ ਠੱਲ ਪਾਉਣ ਦੇ ਲਈ ਕਿਤੇ ਬੰਦੇ ਦੀ ਲੋੜ ਸੀ, ਔਰ ਬੰਦਾ ਵੀ ਉਹ ਜਿਹਨੂੰ ਤਾਕਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਰਗਿਆਂ ਦੀ ਮਿਲੀ ਹੋਵੇ। ਇਸ ਕਰਕੇ ਮੈਂ ਦਾਅਵੇ ਨਾਲ ਕਹਿਣਾ ਕਿ ਬੜੇ ਆਰਾਮ ਨਾਲ ਸੀਟ ਜਿੱਤਾਂਗੇ, ਔਰ ਚੰਗੇ ਮਾਰਜਨ ਨਾਲ ਜਿੱਤਾਂਗੇ, ਇਕੱਲੀ ਜਿੱਤਾਂਗੇ ਨਹੀਂ, ਚੰਗੇ ਮਾਰਜਨ ਨਾਲ ਜਿੱਤਾਂਗੇ। ਔਰ ਸ਼ਹਿਰ ਨਿਵਾਸੀ, ਖਾਸ ਕਰਕੇ ਜਿੱਥੋਂ ਦੀ ਤੁਸੀਂ ਗੱਲ ਕਰਦੇ ਹੋ, ਸ਼ਹਿਰ ਨਿਵਾਸੀ ਉਲਟਾ ਮੇਰੇ 'ਤੇ ਵੱਧ ਭਰੋਸਾ ਕਰਦੇ ਆ। ਸ਼ਹਿਰ ਨਿਵਾਸੀ ਪਿੰਡਾਂ ਵਾਲਿਆਂ ਨਾਲੋਂ ਵੱਧ ਪੜ੍ਹੇ ਲਿਖੇ ਆ। ਇਹ ਕੀ ਚਾਹੀਦਾ ਕੀ ਹੈ? ਪੜ੍ਹਿਆ ਲਿਖਿਆ ਉਮੀਦਵਾਰ, ਇਮਾਨਦਾਰ ਉਮੀਦਵਾਰ। ਮੇਰੇ ਸਰਵੇ 'ਚ ਇਹ ਵੀ ਸਭ ਤੋਂ ਵੱਧ ਇਕੱਲੇ ਰਾਜਪੁਰੇ ਦੇ ਵਿੱਚ ਮੈਂ ਹਲਕੇ 'ਚ ਗੱਲ ਦੇਖੀ, ਉਹ ਬਰਾਦਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਕਿ ਇਹ ਸਾਡਾ ਭੋਲਪੁਰੀ ਬਰਾਦਰੀ ਦਾ ਬੰਦਾ ਉਹਨੂੰ ਪਾਵਾਂਗੇ, ਉਹ ਕਹਿੰਦਾ ਕਿ ਸਾਡਾ ਕੰਬੋਜ ਬਰਾਦਰੀ ਦਾ ਬੰਦਾ ਅਸੀਂ ਉਹਨੂੰ ਪਾਵਾਂਗੇ। ਇਹ ਬਰਾਦਰੀਵਾਦ ਵੀ ਮੈਨੇ ਰਾਜਪੁਰੇ 'ਚ ਹੀ ਦੇਖਿਆ। ਕਰ ਮੈਂ ਪੈਣਾ ਨਹੀਂ ਚਾਹੁੰਦਾ, ਸਾਡੇ ਗੁਰੂ ਸਾਹਿਬਾਨਾਂ ਨੇ ਬਰਾਦਰੀਆਂ ਖਤਮ ਕਰਕੇ ਅਤੇ ਜਾਤ ਪਾਤ ਤੋਂ ਉੱਪਰ ਉੱਠੇ ਹੈ, ਪਰ ਜੇ ਤੁਸੀਂ ਪੈ ਹੀ ਗਏ ਹੋ ਤਾਂ ਜਵਾਬ ਦੇ ਦਿੰਦਾ ਮੈਂ। 16,000 ਵੋਟ ਹੈ ਕੰਬੋਜ ਬਰਾਦਰੀ ਦੀ, ਤੇ ਕੰਬੋਜ ਬਰਾਦਰੀ ਦੀ ਬਹੁਤਾਤ ਮੇਰੇ ਨਾਲ ਹੈ। ਜਿਨ੍ਹਾਂ ਨੇ ਕੰਬੋਜ ਬਰਾਦਰੀ ਨੂੰ ਠਿੱਟ ਕੀਤਾ ਜਾਂ ਇਗਨੋਰ ਕੀਤਾ, ਇਹਨਾਂ ਤਾਂ ਕਿਸੇ ਨੂੰ ਨਹੀਂ ਕੀਤਾ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰ ਰਿਹਾ, ਸ਼ਹਿਰੀਆਂ ਨੂੰ ਚਾਹੀਦਾ ਕੀ ਹੁੰਦਾ? ਬੰਦਾ ਪੜ੍ਹਿਆ ਲਿਖਿਆ ਹੋਵੇ, ਬੰਦਾ ਇਮਾਨਦਾਰ ਹੋਵੇ, ਤਹਿਸੀਲਦਾਰੀਆਂ ਕਿਤੇ ਛੱਡ ਕੇ। ਕਿੰਨੇ ਪੰਜਾਬ 'ਚ ਤੁਹਾਡੀ ਜ਼ਿੰਦਗੀ 'ਚ ਵਿੱਚ ਕਿੰਨੇ ਤਹਿਸੀਲਦਾਰ ਹੈ ਜਾਂ ਅਫਸਰ ਹੈ ਜਿਹੜੇ 18-17 ਸਾਲ ਦੀ ਨੌਕਰੀ ਛੱਡ ਕੇ ਆਏ ਹੋਣ? ਔਰ ਦੂਜੀ ਗੱਲ, ਇਮਾਨਦਾਰੀ, ਮੈਂ ਡੰਕੇ ਦੀ ਚੋਟ 'ਤੇ ਕਹਿਣਾ ਕਿ ਇਹ ਜੇ ਕਰਪਸ਼ਨ ਦੇ ਭਾਂਬੜੇ ਦੇ ਇੱਕ MLA ਬਣਨ ਵਾਲੀ ਬਲ ਰਹੇ ਹੈ, ਅਤੇ ਮੈਂ ਤਾਂ 3 ਸਰਕਾਰਾਂ ਮੁੱਖ ਮੰਤਰੀ ਦੇ ਘਰ ਬੈਠ ਕੇ ਹੰਢਾ ਕੇ ਆਇਆ, ਫਿਰ ਮੇਰੀਆਂ ਕਿਉਂ ਨਾ ਹੁੰਦੀਆਂ? ਇਸ ਕਰਕੇ ਚੌਥਾ ਸਭ ਤੋਂ ਜ਼ਰੂਰੀ ਜਿਹੜਾ ਪਿੱਲਰ ਹੈ ਕਿ ਮੇਰਾ ਸਿੱਧਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬੈਠਣਾ, ਵਾਸਾ। ਇਸ ਕਰਕੇ ਇੱਦੋਂ ਵੱਧ ਸ਼ਹਿਰੀਆਂ ਨੂੰ ਹੋਰ ਕੀ ਚਾਹੀਦਾ? ਸ਼ਹਿਰੀ ਸਾਰੇ ਇਹਨਾਂ ਗੱਲਾਂ ਨੂੰ ਪਸੰਦ ਕਰਦੇ ਆ, ਔਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਵੋਟ ਪਾਉਣਗੇ। ਜਿਹੜੇ ਹਰਦਿਆਲ ਦੀਆਂ ਗੱਡੀਆਂ 'ਚ ਚੜੀ ਫਿਰਦੇ ਨਾ, ਜੇ 5 ਬੰਦੇ ਉਹਦੇ ਨਾਲ ਚੜ੍ਹਦੇ ਆ ਤਾਂ ਉਹਦੇ 'ਚੋਂ ਵੀ ਵੋਟਾਂ ਮੈਨੂੰ ਪੈਣਗੀਆਂ। ਤੁਸੀਂ ਭੁਲੇਖੇ 'ਚੋਂ ਬਹੁਤ ਵੱਡੇ। ਚਲੋ, ਅਸੀਂ ਕਿਸੇ ਭੁਲੇਖੇ 'ਚ ਨਹੀਂ, ਇਹ ਤਾਂ ਲੋਕਾਂ ਨੇ ਭੁਲੇਖੇ ਦੂਰ ਕਰਨੇ ਨੇ ਸਾਰਿਆਂ ਦੇ। ਨਾ ਕਹੋ ਸੇ ਦੋਸਤੀ, ਨਾ ਕਹੋ ਸੇ ਵੈਰ, ਸਾਡਾ ਕੰਮ ਹੈ ਪੱਤਰਕਾਰੀ, ਉਹ ਕਰ ਰਹੇ ਸੀ। ਸੋ ਇਹਨਾਂ ਸਵਾਲਾਂ ਦਾ ਬੜੀ ਬੇਵਾਕੀ ਦੇ ਨਾਲ ਇਹਨਾਂ ਨੇ ਜਵਾਬ ਦਿੱਤੇ ਨੇ। ਇਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਵੀ ਲੋਕ ਸਾਡੇ ਨਾਲ ਨੇ, ਅਤੇ ਜੇ ਗੱਲ ਕਰੀਏ ਬਰਾਦਰੀ ਦੀ ਵੋਟ ਤਾਂ ਹਰ ਇੱਕ ਵਾਰ ਜਗਦੀਸ਼ ਜੱਗਾ ਨੇ ਪਾਰਟੀ ਬਦਲੀਆਂ ਨੇ ਅਤੇ BJP ਪਾਰਟੀ ਦਾ ਨੁਕਸਾਨ ਕੀਤਾ, ਇਸ ਵਾਰ BJP ਪਾਰਟੀ ਦੇ ਲੋਕ ਵੀ ਸਾਡੇ ਨਾਲ ਨੇ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ, ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਦਲਜੀਤ ਨੇ, ਮੈਂ ਸ਼ਸ਼ਮ ਨਾਗਰਾ, ਧੰਨਵਾਦ।